ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਵੋਫਰ ਨੇ ਪਿੰਡ ਮਾਨਖੇੜੇ ਤੋਂ ਸੰਗਾਂ ਨੂੰ ਜਾਂਦੀ ਸੜਕ ਦਾ ਕੰਮ ਟੱਕ ਲਗਾ ਕੇ ਸ਼ੁਰੂ ਕਰਵਾਇਆ ਅਤੇ ਕਿਹਾ ਕਿ ਆਉਂਦੇ ਕੁਝ ਸਮੇਂ ਵਿੱਚ ਹਲਕਾ ਸਰਦੂਲਗੜ੍ਹ ਦੀਆਂ ਰਹਿੰਦੀਆਂ ਸੜਕਾਂ ਦਾ ਵੀ ਕੰਮ ਸ਼ੁਰੂ ਕਰਵਾਇਆ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਸਰਦੂਲਗੜ੍ਹ ਦੇ ਚੇਅਰਮੈਨ ਕੁਲਵੰਤ ਸਿੰਘ ਸੰਘਾ, ਸਾਹਿਲ ਚੌਧਰੀ ਪ੍ਰਧਾਨ, ਆਰਤੀ ਐਸੋਸੀਏਸ਼ਨ ਸਰਦੂਲਗੜ੍ਹ, ਸੀਨੀਅਰ ਕਾਂਗਰਸੀ ਆਗੂ ਸਤਪਾਲ ਵਰਮਾ ਆਦਿ ਮੌਜੂਦ ਸਨ। ਚੇਅਰਮੈਨ ਸਾਹਿਬ, ਜਿਹੜੀ ਅੱਜ ਦਾ ਸੜਕ ਦਾ ਉਦਘਾਟਨ ਕੀਤਾ ਜਾਂਦਾ ਜੀ, ਇਹ ਕਿੰਨੇ ਕਿਲੋਮੀਟਰ ਲੰਮੀ ਆ ਅਤੇ ਕਿੱਥੋਂ ਤੱਕ ਬਣੇ ਜੀ? ਅਤੇ ਹੋਰ ਕਿੰਨੀਆਂ ਸੜਕਾਂ ਸਰੂਗੜ੍ਹ ਹਲਕੇ ਦੀਆਂ ਨੇ? ਅੱਜ ਅਸੀਂ ਮਾਨਖੇੜਾ ਵਿਖੇ ਨੀਂਹ ਪੱਥਰ ਆਪਣਾ ਟੱਕ ਲਾਇਆ ਇੱਥੇ ਸੰਘੇ ਵਾਲੇ ਅੱਡੇ 'ਤੇ। ਇਹ ਜਿਹੜੀ ਸੜਕ ਹੈ ਇਹ ਸੰਘੇ ਤੋਂ ਲੈ ਕੇ ਮਾਨਖੇੜਾ ਹੁੰਦੇ ਹੋਏ ਬਹੁਤੀ ਹਰਿਆਣੇ ਦੇ ਵਿੱਚ ਹੈ, ਮਤਲਬ ਹਰਿਆਣਾ ਬਾਰਡਰ ਤੱਕ ਇਹ 5.5 ਕਿਲੋਮੀਟਰ ਦਾ ਟੋਟਾ ਹੈ। ਇਹ ਸ਼ੁਰੂ ਹੋ ਗਿਆ ਹੁਣ ਬਣਨਾ, ਟੱਕ ਲਾਤਾ ਸੀ। ਅਤੇ ਮੈਂ ਧੰਨਵਾਦੀ ਹਾਂ ਵਿਸ਼ੇਸ਼ ਤੌਰ 'ਤੇ ਸਾਡੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਅਤੇ ਸਾਡੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਜੀ ਦਾ, ਜਿਨ੍ਹਾਂ ਸਦਕਾ ਇਹ ਸੜਕ ਨੇਪਰੇ ਚੜ੍ਹਿਆ ਸਾਡਾ ਜਿਹੜਾ ਇਹ। ਅਤੇ ਸਾਡੇ ਹਲਕੇ ਦੇ ਵਿੱਚ ਘੱਟੋ ਘੱਟ ਸਦੂਗੜ੍ਹ ਹਲਕੇ ਦੇ ਵਿੱਚ ਮੈਂ ਸਮਝਦਾ ਵੀ 31 ਕਿਲੋਮੀਟਰ ਦੇ ਸੜਕਾਂ ਦੇ ਟੋਟੇ ਹੋਰ ਨੇ, ਇਹਦੇ ਵਿੱਚ 5 ਟੋਟੇ ਹੋਰ ਨੇ, ਕੋਈ 8 ਕਿਲੋਮੀਟਰ ਦਾ, ਕੋਈ 7 ਦਾ, ਕੋਈ 9 ਦਾ, ਕੋਈ 4 ਦਾ, ਜਿਵੇਂ ਆ 5.5 ਕਿਲੋਮੀਟਰ ਦਾ ਟੋਟਾ। ਠੀਕ ਹੈ। ਮੈਂ ਬਲਵਿੰਦਰ ਸਿੰਘ ਜੈ, ਮਾਰਕੀਟ ਕਮੇਟੀ ਸਦੂਗੜ੍ਹ ਦੇ ਅੜੀ, ਆਪਣੇ ਗਰੁੱਪ ਨੰਬਰ 1 ਸਦੂਗੜ੍ਹ ਦੇ 1.61 ਕਰੋੜ ਦੇ ਆਏ ਨਾ 7-8 ਸੜਕਾਂ ਹੈਗੀਆਂ। ਉਹਦੇ ਵਿੱਚ ਆਪਣੇ ਸੰਘਾਂ ਤੋਂ ਮਾਨਖੇੜਾ 5.70 ਕਿਲੋਮੀਟਰ ਹੈਗੀ ਜੀ। ਇਹਦੇ ਦਾ ਕੰਮ ਅਸੀਂ ਸ਼ੁਰੂ ਕਰ ਦਿੱਤਾ, ਬਾਕੀ ਦੇ ਕੰਮ ਪਹਿਲਾਂ ਪੂਰੇ ਕਰ ਚੁੱਕੇ ਹਾਂ। ਇੱਥੇ ਲੋਕ ਵੀ ਇਹਦੇ 1 ਹਫ਼ਤੇ ਤੱਕ ਸ਼ੁਰੂ ਅਸੀਂ ਕਰਾਂਗੇ। ਠੀਕ। ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਵੋਫਰ ਨੇ ਪਿੰਡ ਮਾਨਖੇੜੇ ਤੋਂ ਸੰਘਾਂ ਨੂੰ ਜਾਂਦੀ ਸੜਕ ਦਾ ਕੰਮ ਟੱਕ ਲਗਾ ਕੇ ਸ਼ੁਰੂ ਕਰਵਾਇਆ ਅਤੇ ਕਿਹਾ ਕਿ ਆਉਂਦੇ ਕੁਝ ਸਮੇਂ ਵਿੱਚ ਹਲਕਾ ਸਰਦੂਲਗੜ੍ਹ ਦੀਆਂ ਰਹਿੰਦੀਆਂ ਸੜਕਾਂ ਦਾ ਵੀ ਕੰਮ ਸ਼ੁਰੂ ਕਰਵਾਇਆ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਸਰਦੂਲਗੜ੍ਹ ਦੇ ਚੇਅਰਮੈਨ ਕੁਲਵੰਤ ਸਿੰਘ ਸੰਘਾ, ਸਾਹਿਲ ਚੌਧਰੀ ਪ੍ਰਧਾਨ, ਆਰਤੀ ਐਸੋਸੀਏਸ਼ਨ ਸਰਦੂਲਗੜ੍ਹ, ਸੀਨੀਅਰ ਕਾਂਗਰਸੀ ਆਗੂ ਸਤਪਾਲ ਵਰਮਾ ਆਦਿ ਮੌਜੂਦ ਸਨ। ਚੇਅਰਮੈਨ ਸਾਹਿਬ, ਜਿਹੜੀ ਅੱਜ ਦਾ ਸੜਕ ਦਾ ਉਦਘਾਟਨ ਕੀਤਾ ਜਾਂਦਾ ਜੀ, ਇਹ ਕਿੰਨੇ ਕਿਲੋਮੀਟਰ ਲੰਮੀ ਆ ਅਤੇ ਕਿੱਥੋਂ ਤੱਕ ਬਣੇ ਜੀ? ਹੋਰ ਕਿੰਨੀਆਂ ਸੜਕਾਂ ਸਰੂਗੜ੍ਹ ਹਲਕੇ ਦੀਆਂ ਨੇ? ਅੱਜ ਅਸੀਂ ਮਾਨਖੇੜਾ ਵਿਖੇ ਨੀਂਹ ਪੱਥਰ ਆਪਣਾ ਟੱਕ ਲਾਇਆ ਇੱਥੇ ਸੰਘੇ ਵਾਲੇ ਅੱਡੇ 'ਤੇ। ਇਹ ਜਿਹੜੀ ਸੜਕ ਹੈ ਇਹ ਸੰਘੇ ਤੋਂ ਲੈ ਕੇ ਮਾਨਖੇੜਾ ਹੁੰਦੇ ਹੋਏ ਬਹੁਤੀ ਹਰਿਆਣੇ ਦੇ ਵਿੱਚ ਹੈ, ਮਤਲਬ ਹਰਿਆਣਾ ਬਾਰਡਰ ਤੱਕ ਇਹ 5.5 ਕਿਲੋਮੀਟਰ ਦਾ ਟੋਟਾ ਹੈ। ਇਹ ਸ਼ੁਰੂ ਹੋ ਗਿਆ ਹੁਣ ਬਣਨਾ, ਟੱਕ ਲਾਤਾ ਸੀ। ਅਤੇ ਮੈਂ ਧੰਨਵਾਦੀ ਹਾਂ ਵਿਸ਼ੇਸ਼ ਤੌਰ 'ਤੇ ਸਾਡੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਅਤੇ ਸਾਡੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਜੀ ਦਾ, ਜਿਨ੍ਹਾਂ ਸਦਕਾ ਇਹ ਸੜਕ ਨੇਪਰੇ ਚੜ੍ਹਿਆ ਸਾਡਾ ਜਿਹੜਾ ਇਹ। ਅਤੇ ਸਾਡੇ ਹਲਕੇ ਦੇ ਵਿੱਚ ਘੱਟੋ ਘੱਟ ਸਦੂਗੜ੍ਹ ਹਲਕੇ ਦੇ ਵਿੱਚ ਮੈਂ ਸਮਝਦਾ ਵੀ 31 ਕਿਲੋਮੀਟਰ ਦੇ ਸੜਕਾਂ ਦੇ ਟੋਟੇ ਹੋਰ ਨੇ, ਇਹਦੇ ਵਿੱਚ 5 ਟੋਟੇ ਹੋਰ ਨੇ, ਕੋਈ 8 ਕਿਲੋਮੀਟਰ ਦਾ, ਕੋਈ 7 ਦਾ, ਕੋਈ 9 ਦਾ, ਕੋਈ 4 ਦਾ, ਜਿਵੇਂ ਆ 5.5 ਕਿਲੋਮੀਟਰ ਦਾ ਟੋਟਾ ਹੈ। ਠੀਕ ਹੈ। ਮੈਂ ਬਲਵਿੰਦਰ ਸਿੰਘ ਜੈ, ਮਾਰਕੀਟ ਕਮੇਟੀ ਸਦੂਗੜ੍ਹ ਦੇ ਅੜੀ, ਆਪਣੇ ਗਰੁੱਪ ਨੰਬਰ 1 ਸਦੂਗੜ੍ਹ ਦੇ 1.61 ਕਰੋੜ ਦੇ ਆਏ ਨਾ 7-8 ਸੜਕਾਂ ਹੈਗੀਆਂ। ਉਹਦੇ ਵਿੱਚ ਆਪਣੇ ਸੰਘਾਂ ਤੋਂ ਮਾਨਖੇੜਾ 5.70 ਕਿਲੋਮੀਟਰ ਹੈਗੀ ਜੀ। ਇਹਦੇ ਦਾ ਕੰਮ ਅਸੀਂ ਸ਼ੁਰੂ ਕਰ ਦਿੱਤਾ, ਬਾਕੀ ਦੇ ਕੰਮ ਪਹਿਲਾਂ ਪੂਰੇ ਕਰ ਚੁੱਕੇ ਹਾਂ। ਇੱਥੇ ਲੋਕ ਵੀ ਇਹਦੇ 1 ਹਫ਼ਤੇ ਤੱਕ ਸ਼ੁਰੂ ਅਸੀਂ ਕਰਾਂਗੇ। ਠੀਕ।